ਨਹਿਰ ਦੇ ਵਿੱਚ ਨਹਾਉਣ ਗਿਆ 10 ਸਾਲ ਦਾ ਬੱਚਾ ਲਾਪਤਾ ਹੋ ਗਿਆ। ਦਰਸਲ ਜਾਣਕਾਰੀ ਅਨੁਸਾਰ ਗਰਮੀ ਜ਼ਿਆਦਾ ਵਧਣ ਦੇ ਕਾਰਨ ਇਹ ਬੱਚਾ ਅਕਸਰ ਹੀ ਨਹਿਰ ਦੇ ਵਿੱਚ ਨਹਾਉਣ ਦੇ ਲਈ ਜਾਂਦਾ ਸੀ ਅਤੇ ਰੱਸੀਆਂ ਦੇ ਸਹਾਰੇ ਕਿਹਾ ਜਾ ਰਿਹਾ ਕਿ ਨਹਾ ਰਿਹਾ ਸੀ ਤਾਂ ਅਚਾਨਕ ਹੀ ਪਾਣੀ ਦਾ ਵਹਾਅ ਕਾਫ਼ੀ ਜ਼ਿਆਦਾ ਤੇਜ਼ ਹੋ ਗਿਆ, ਜਿਸ ਦੇ ਕਾਰਨ ਇਸਦਾ ਰੱਸੀ ਤੋਂ ਹੱਥ ਛੁੱਟ ਜਾਂਦਾ, ਜਿਸ ਤੋਂ ਬਾਅਦ ਇਹ ਨਹਿਰ ਦੇ ਵਿੱਚ ਹੀ ਲਾਪਤਾ ਹੋ ਜਾਂਦਾ। ਹਾਲਾਂਕਿ ਗੋਤਾਖੋਰਾਂ ਦੇ ਵੱਲੋਂ ਹੁਣ ਲਗਾਤਾਰ ਇਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਦੱਸ ਦਈਏ ਕਿ ਅਕਸਰ ਹੀ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਕਿ ਨਹਿਰ ਦੇ ਵਿੱਚ ਨਹਾਉਣ ਗਏ, ਕਈ ਵਾਰ ਤਾਂ ਨੌਜਵਾਨ ਕਈ ਵਾਰ ਬੱਚੇ ਲਾਪਤਾ ਹੋ ਜਾ ਰਹੇ ਨੇ, ਬਾਅਦ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਮਿਲਦੀਆਂ ਨੇ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਵੀ ਕਾਫ਼ੀ ਦੁਖੀ ਹੁੰਦੇ ਨੇ, ਰੋ ਰੋ ਉਹਨਾਂ ਦਾ ਵੀ ਬੁਰਾ ਹਾਲ ਹੋ ਜਾਂਦਾ। ਤਾਂ ਦੱਸ ਦਈਏ ਕਿ ਸੇਮ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਬਠਿੰਡਾ ਤੋਂ, ਜਿੱਥੇ ਕਿ ਇੱਕ 10 ਸਾਲ ਦਾ ਬੱਚਾ ਜ਼ਿਆਦਾ ਗਰਮੀ ਦੇ ਕਾਰਨ ਨਹਿਰ ਦੇ ਵਿੱਚ ਨਹਾਉਣ ਦੇ ਲਈ ਜਾਂਦਾ ਪਰ ਅਚਾਨਕ ਹੀ ਉਹ ਲਾਪਤਾ ਹੋ ਜਾਂਦਾ, ਜਿਸ ਦੇ ਕਾਰਨ ਹੁਣ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਅਤੇ ਤਸਵੀਰਾਂ ਪਰਿਵਾਰਕ ਮੈਂਬਰਾਂ ਦੀਆਂ ਸਾਹਮਣੇ ਆਈਆਂ ਨੇ। ਤਾਂ ਦੱਸ ਦਈਏ ਕਿ ਨਹਿਰ ਦੇ ਕਿਨਾਰੇ ਬੈਠ ਕੇ ਹੁਣ ਵਿਲਾਪ ਕਰਦੇ ਨਜ਼ਰ ਆ ਰਹੇ ਨੇ ਅਤੇ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ। ਅਜਿਹੀ ਖਬਰਾਂ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਕਿ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖਿਆ ਜਾਵੇ, ਜੇਕਰ ਗਰਮੀ ਲੱਗਦੀ ਹੈ ਤਾਂ ਆਪਣੇ ਘਰ ਦੇ ਵਿੱਚ ਹੀ ਨਹਾ ਲਓ, ਕਦੇ ਵੀ ਨਹਿਰ 'ਤੇ ਜਾਂ ਫਿਰ ਸੂਏ ਦਾ ਰੁੱਖ ਨਾ ਕਰੋ, ਕਿਉਂਕਿ ਅਕਸਰ ਹੀ ਨਹਿਰਾਂ ਦੇ ਵਿੱਚ ਸੂਇਆਂ ਦੇ ਵਿੱਚ ਪਾਣੀ ਕਾਫ਼ੀ ਜ਼ਿਆਦਾ ਤੇਜ਼ ਹੋ ਜਾਂਦਾ, ਜਿਸ ਤੋਂ ਬਾਅਦ ਬੰਦਾ ਜੇਕਰ ਤੈਰਨਾ ਵੀ ਆਉਂਦਾ ਤਾਂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਤੈਰ ਵੀ ਨਹੀਂ ਪਾਉਂਦਾ, ਜਿਸ ਕਾਰਨ ਕੋਈ ਨਾ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ। ਤਾਂ ਠੀਕ ਅਜਿਹਾ ਹੀ ਮਾਮਲਾ ਹੁਣ ਬਠਿੰਡਾ ਤੋਂ ਸਾਹਮਣੇ ਆਇਆ। ਦਰਅਸਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਪੰਜਾਬ ਦੇ ਵਿੱਚ ਬਠਿੰਡਾ ਦਾ ਤਾਪਮਾਨ ਸਭ ਤੋਂ ਜ਼ਿਆਦਾ ਨੋਟ ਕੀਤਾ ਗਿਆ, 48 ਡਿਗਰੀ ਤੱਕ ਇੱਥੇ ਦੁਪਹਿਰ ਦੇ ਸਮੇਂ ਟੈਂਪਰੇਚਰ ਪਹੁੰਚਿਆ। ਗਰਮੀ ਲਗਾਤਾਰ ਵਧੀ ਹੋਈ ਹੈ, ਜੋ ਲੋਕ ਨੇ ਉਹ ਠੰਡੀਆਂ ਚੀਜ਼ਾਂ ਦਾ ਸਹਾਰਾ ਲੈ ਰਹੇ ਨੇ, ਪਰ ਇਹ ਬੱਚਾ ਵੀ ਗਰਮੀ ਕਰਕੇ ਹੀ ਨਹਿਰ ਦੇ ਵਿੱਚ ਨਹਾਉਣ ਗਿਆ ਸੀ। 10 ਸਾਲ ਇਸ ਦੀ ਉਮਰ ਦੱਸੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰ ਦਾ ਇਹੀ ਕਹਿਣਾ ਹੈ ਕਿ ਇਹ ਬੱਚਾ ਹੀ ਉਹਨਾਂ ਦੀ ਅਸਲੀ ਧੰਨ ਦੌਲਤ ਸੀ, ਜੋ ਕਿ ਹੁਣ ਨਹਿਰ ਦੇ ਵਿੱਚ ਲਾਪਤਾ ਹੋ ਗਿਆ। ਬੰਦੇ ਨੂੰ ਚੰਗਾ ਭਲਾ ਮੁੰਡਾ ਅੰਦਰ ਜਾ ਰਿਹਾ ਸੀ, ਕਿਉਂ ਨਹੀਂ ਰੋਕਿਆ, ਕਿਉਂ ਰੋਕਿਆ ਉਹਨਾਂ ਨੇ, ਹੈ ਕੱਢਣ ਕਾ ਤੋਂ ਨਹੀਂ ਦਿੱਤਾ? ਅੱਜ ਪੁਲਿਸ ਵਾਲੇ ਉੱਥੇ ਬੈਠੇ, ਇੱਕ ਵਾਰ ਵੀ ਆਏ ਇੱਥੇ? ਚੰਗਾ ਭਲਾ ਮੇਰਾ ਜਵਾਕ ਹੱਥ ਕੱਢ ਰਿਹਾ ਸੀ, ਉਹ ਕੱਢ ਸਕਦੇ ਸੀ। ਕਿੰਨੀ ਦੂਰ ਤੱਕ ਲੱਭ ਕੇ ਆਏ ਹੋ ਤੁਸੀਂ? ਹਾਂਜੀ ਵੀਰ ਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਰਿੰਕੂ ਹੈ ਜੀ। ਕੀ ਗੱਲਬਾਤ ਹੋਈ ਇੱਥੇ? ਇਹ ਜੀ ਆਪਣੇ ਨਾ ਇੱਥੇ ਗੁਆਂਢ 'ਚ ਮੁੰਡਾ ਸੀਗਾ ਜੀ, 1:30 ਵਜੇ ਦਾ ਟਾਈਮ ਸੀਗਾ ਜੀ, ਅਤੇ ਬਸ ਉਹ ਕਿਤੇ ਨਹਾਉਣ ਆ ਗਿਆ, ਰੱਸਾ ਬੰਨ ਕੇ ਨਹਾਈ ਜਾਂਦਾ ਸੀਗਾ ਜੀ, ਉਹ ਬਾਅਦ 'ਚ ਜਦੋਂ ਰੌਲਾ ਪਿਆ ਜੀ, ਉਦੋਂ ਬਾਅਦ 'ਚ ਡੁੱਬ ਗਿਆ ਜੀ, ਗਾਂਹ ਟੱਪ ਗਿਆ ਜੀ। ਕਿੰਨੇ ਕੁ ਸਾਲ ਦਾ ਸੀ ਮੁੰਡਾ? ਇਹ 10-12 ਸਾਲਾਂ ਦਾ ਸੀਗਾ ਜੀ। ਇਕੱਲਾ ਹੀ ਨਾ ਰਿਹਾ ਸੀ? ਹਾਂਜੀ ਹਾਂਜੀ, ਇਕੱਲਾ ਹੀ ਸੀਗਾ ਜੀ। ਅਤੇ ਕੋਈ ਆਇਆ ਸੰਸਥਾ ਦਾ ਬੰਦਾ ਇੱਥੇ ਕੋਈ? ਹਾਂ, ਸਹਾਰਾ ਵਾਲੇ ਆਏ ਸੀਗੇ ਜੀ, ਬਸ ਉਹ ਵੀ ਆਪਦੇ ਆ ਕਾਰਵਾਈ ਕਰੀ ਜਾਂਦੇ ਸੀਗੇ ਜੀ। ਹਾਂ, ਬਸ ਅਸੀਂ ਵੀ ਸਵੇਰ ਦੇ ਲੱਗੇ ਪਏ ਹਾਂ ਜੀ ਭਾਲਣ ਜੀ, ਹਜੇ ਤੱਕ ਕੋਈ ਸੁਰਾਗ ਮਿਲਿਆ ਨਹੀਂ। ਹਾਂ, ਕਿੱਥੋਂ ਦਾ ਰਹਿਣ ਵਾਲਾ ਮੁੰਡਾ ਇਹ? ਆਪਣੇ ਇੱਥੇ ਹੀ ਹੈ ਜੀ, ਪਰਸਾਮ ਨਗਰ ਦਾ ਹੀ ਹੈ ਜੀ ਮੁੰਡਾ ਜੀ। ਹਾਂਜੀ।
ਤਾਂ ਹੁਣ ਤਾਂ ਕੀ ਹੁਣ ਕੀ ਪਤਾ ਲੱਗਿਆ ਕੁਛ ਹੈਗਾ ਮੁੰਡਾ ਲੱਭੇ ਲੁਭੇ ਕੋਈ? ਨਹੀਂ ਹਜੇ ਤਾਂ ਕੋਈ ਚਾਂਸ ਨਹੀਂ ਜੀ, ਅਸੀਂ ਤੇ ਉਹਨੇ ਵੀ ਜਾਇਆ ਜੀ ਉੱਥੋਂ ਤੱਕ ਦੇਖ ਕੇ ਆਏ ਜੀ, ਹਜੇ ਤਾਂ ਇਹ ਜੀ ਕੋਈ ਗੱਲਬਾਤ ਹੈ ਨਹੀਂ ਜੀ। ਹਾਂਜੀ।